ਬੇਨਤੀ ਇੱਕ ਦੋ ਤੁਹਾਡੇ ਨਾਲ ਗੱਲਾਂ ਕਰ ਲਈਆਂ ਅੱਗੇ ਵੀ ਮੈਂ ਤੁਹਾਨੂੰ ਮਿਲਿਆ ਸੀਗਾ ਯੂਨੀਵਰਸਿਟੀ ਮਿਲਿਆ ਸੀ ਲੁਧਿਆਣੇ ਮੇਲੇ ਤੋਂ ਸ਼ਾਇਦ ਤੁਹਾਨੂੰ ਚੇਤਾ ਹੋਵੇ ਆਪਣੀ ਪਹਿਲੇ ਤਾਂ ਇਹ ਹਾਲ ਆ ਜੀ ਆਪਣੀਆਂ ਜਿਹੜੀਆਂ ਹਰੀ ਕਿਆਲੀਆਂ ਦੋਵੇਂ ਨਹਿਰਾਂ ਬੰਦ ਪਈਆਂ ਜੀ ਤੁਸੀਂ ਸੀ ਐਮ ਆ ਇਹ ਕਾਹਤੋਂ ਪਈਆਂ ਜੀ 18,000 ਕਿਊਸਕ ਤੋਂ ਵੱਧ ਆਪਾਂ ਰਸਤਾ ਨੂੰ ਦੇ ਨਹੀਂ ਸਕਦਾ ਨਹੀਂ ਹੁਣ ਬੰਦਾ ਜੀ ਹੁਣ ਮਤਲਬ ਆਪਾਂ ਇੱਕ ਮਿੰਟ ਆਪ ਤਾਂ ਆਪਣੇ ਅੱਜ ਘਰੇ ਆਈ ਆ ਮੇਰੇ ਆਰਾਮ ਨਾਲ ਵੀਰ ਗੱਲ ਆਰਾਮ ਨਾਲ ਮੇਰੀ ਗੱਲ ਕੱਲ ਵਾਲਾ ਮੇਰਾ ਬਿਆਨ ਸੁਣੇ ਹਾਂਜੀ ਕਿ ਹੁਣ ਕਿਉਂ ਨਹੀਂ ਹਰਿਆਣਾ ਪਾਣੀ ਮੰਗਦਾ ਸਹੀ ਗੱਲ ਹੈ ਹੁਣ ਕਿਉਂ ਨਹੀਂ ਰਾਜਸਥਾਨ ਪਾਣੀ ਮੰਗਦਾ ਹੁਣ ਕਿਉਂ ਨਹੀਂ ਹਿਮਾਚਲ ਸੈਸ ਲਾਉਂਦਾ ਕਿ ਅਸੀਂ ਜਿਹੜਾ ਪਾਣੀ ਆਊਗਾ ਸੈਸ ਲਾਵਾਂਗੇ ਲਾਓ ਸੈਸ ਬਿਲਕੁਲ ਠੀਕ ਨੂੰ ਰੱਖਿਆ ਮੈਂ ਤੁਹਾਡੇ ਨਾਲ ਬਿਲਕੁਲ ਠੀਕ ਆ ਨਹੀਂ ਇੱਕ ਮਿੰਟ ਜੀ ਦਾ ਏਰੀਆ ਆਪਣਾ ਮਰ ਗਿਆ ਠੀਕ ਆ ਇੱਕ ਮਿੰਟ ਜੀ ਆ ਠੀਕ ਆ ਆਪਾਂ ਵੇਖ ਲਓ ਬਸ ਜਾ ਕੇ ਵੇਖੋ ਨੀਵੇਂ ਥੱਲੇ ਜਾ ਕੇ ਗਾ ਪਿੰਡਾਂ ਵਾਲੇ ਪੱਧਰ ਤੇ ਖਤਮ ਹੋਇਆ ਪਿਆ ਸਭ ਕੁਝ ਜੀ ਮੈਂ ਹੈਗਾ ਮੈਂ ਪਿੰਡ ਵਾਲੇ ਪੱਧਰ ਤੋਂ ਹਾਂ ਹਲੋ ਜੀ ਦੇਖੋ ਜੀ ਸੀਐਮ ਸਾਹਿਬ ਦੇਖੋ ਤੇ ਤੇਰੇ ਪੈਰ ਹਜੇ ਸਾਡੇ ਵਰਗੇ ਨੇ ਸਾਡੇ ਮੈਂ ਪਿੰਡ ਵਾਲਾ ਹੀ ਆ ਮੈਨੂੰ ਪਿੰਡ ਦਾ ਬਿਠਾ ਬਿਲਕੁਲ ਠੀਕ ਆ ਸਹੀ ਆ ਬਿਲਕੁਲ ਠੀਕ ਆ ਮੈਂ ਸਮਝ ਗਿਆ ਜੀ ਮੈਂ ਕਹਾਂ ਸੋ ਮੈਨੂੰ ਬੋਲਣ ਗੱਲ ਕਰੀਏ ਆਪਣੀ ਮੁਸ਼ਕਲ ਦੱਸੀਏ ਜੇ ਮੇਰੇ ਬੋਲਣ ਤੋਂ ਬਾਅਦ ਕੋਈ ਸਵਾਲ ਰਹਿ ਗਿਆ ਭਰਾ ਮੇਰੇ ਉਹ ਕਰ ਲੈ ਪਹਿਲਾਂ ਕਦੇ ਇੰਨਾ ਮੁੱਖ ਮੰਤਰੀ ਨਹੀਂ ਲੱਗਾ ਨਹੀਂ ਲੱਗਾ